ਅੱਜ ਜੋ ਰਾਸ਼ਨ ਹੈ ਉਹਦੀ ਘਰ ਘਰ ਡਿਲੀਵਰੀ, ਘਰ ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਹੈ ਉਹ ਅੱਜ ਲਾਗੂ ਹੋਈ ਹੈ ਪੰਜਾਬ ਦੇ ਵਿੱਚ। ਉਹਦੇ ਵਾਸਤੇ ਵਿਸ਼ੇਸ਼ ਤੌਰ 'ਤੇ ਸਾਡਾ ਸੱਦਾ ਪ੍ਰਵਾਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦੇਸ਼ ਦੇ ਉਹ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਵੱਡੇ ਵੱਡੇ ਦਿੱਗਜ ਜਿਹੜੇ ਰਾਜਨੀਤਿਕ ਆਪਣੇ ਆਪ ਨੂੰ ਨੇਤਾ ਕਹਾਉਂਦੇ ਸੀ ਉਹਨਾਂ ਨੂੰ ਧਰਤੀ ਦਿਖਾਈ ਹੈ ਇੱਕ ਕੰਮ ਵਾਲੀ ਰਾਜਨੀਤੀ ਦੇ ਨਾਲ, ਕੋਈ ਨਫ਼ਰਤ ਜਾਂ ਧਰਮ ਜਾਂ ਜਾਤ ਪਾਤ ਦੀ ਰਾਜਨੀਤੀ ਨਹੀਂ, ਕੰਮ ਵਾਲੀ ਰਾਜਨੀਤੀ ਦੇ ਨਾਲ ਉਹਨਾਂ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਦਿੱਤੀ ਹੈ। ਮੇਰੀ ਮੁਰਾਦ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਉਹ ਵਿਸ਼ੇਸ਼ ਤੌਰ 'ਤੇ ਅੱਜ ਇਸ ਸਕੀਮ ਦਾ ਜਾਇਜ਼ਾ ਵੀ ਲਿਆ ਉਹਨਾਂ ਨੇ, ਅਤੇ ਨਾਲ ਨਾਲ ਰਸਮੀ ਤੌਰ 'ਤੇ ਅਸੀਂ ਪਿੰਡ ਸਲਾਣਾ ਜਾ ਕੇ ਆਏ ਹਾਂ ਅਤੇ ਘਰਾਂ ਦੇ ਵਿੱਚ ਜਾ ਕੇ ਵੀ ਅਸੀਂ ਉਹਨਾਂ ਲੋਕਾਂ ਨੂੰ ਮਿਲੇ ਹਾਂ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਪਰ ਖੱਜਲ ਖੁਆਰੀਆਂ ਹੁੰਦੀਆਂ ਸੀ, ਉਹ ਖੱਜਲ ਖੁਆਰੀਆਂ ਅੱਜ ਖਤਮ ਹੋ ਰਹੀਆਂ ਨੇ। ਇੱਕ ਵਾਰੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਪੰਜਾਬ ਦੇ ਲੋਕਾਂ ਵੱਲੋਂ, ਕਿਉਂਕਿ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਇਹ ਇਹਨਾਂ ਦੀ ਸੋਚ ਦੇ ਵਿੱਚੋਂ ਨਿਕਲੀ ਹੋਈ ਹੈ ਅਤੇ ਜਿਹੜੀਆਂ ਸਕੀਮਾਂ ਚੱਲ ਰਹੀਆਂ ਸਾਰੀਆਂ ਉਸੇ ਸੋਚ ਦਾ ਹਿੱਸਾ ਨੇ। ਸਾਰੀ ਮੇਰੀ ਕੈਬਨਿਟ ਬੈਠੀ ਹੈ, ਮੇਰੇ MLA ਸਾਹਿਬਾਨ, ਸਾਡੇ ਫਤਿਹਗੜ੍ਹ ਸਾਹਿਬ ਦੇ, ਸਾਡੇ ਖੰਨੇ ਦੇ, ਲੁਧਿਆਣੇ ਦੇ ਸਾਰੇ ਅਹੁਦੇਦਾਰ ਸਾਹਿਬਾਨ, ਵਲੰਟੀਅਰ ਸਾਹਿਬਾਨ ਅਤੇ ਮੇਰੇ ਸਾਹਮਣੇ ਬੈਠੇ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਸਾਰੇ ਉਹ ਵਲੰਟੀਅਰ, ਉਹ ਭਮੱਕੜ ਜਿਨ੍ਹਾਂ ਨੇ ਵੱਡਿਆਂ ਵੱਡਿਆਂ ਨੂੰ, ਜਿਹੜੇ ਕਹਿੰਦੇ ਸੀ ਅਸੀਂ ਕਈ ਪੀੜ੍ਹੀਆਂ ਤੋਂ ਹਾਰਦੇ ਨਹੀਂ, ਉਹਨਾਂ ਨੂੰ ਧਰਤੀ ਦਿਖਾਈ ਹੈ। ਤੁਹਾਨੂੰ ਵੀ ਮੈਂ ਸਜਦਾ ਕਰਦਾ, ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਹਰ ਦੂਜੇ ਜਾਂ ਤੀਜੇ ਦਿਨ ਪੰਜਾਬ ਦੇ ਵਿੱਚ ਹੁਣ ਖੁਸ਼ੀਆਂ ਦੇ ਸਮਾਗਮ ਹੋਣ ਲੱਗ ਗਏ, ਹੁਣ ਕੋਈ ਨਾ ਕੋਈ ਖੁਸ਼ਖਬਰੀ ਵਾਲੇ ਅਖਬਾਰਾਂ ਦੇ ਵਿੱਚ ਖਬਰਾਂ ਲੱਗਣ ਲੱਗ ਗਈਆਂ, ਇਸ਼ਤਿਹਾਰ ਲੱਗਣ ਲੱਗ ਗਏ ਕਿ ਕਿਤੇ ਨੌਕਰੀਆਂ ਮਿਲ ਰਹੀਆਂ ਨੇ, ਕਿਤੇ ਮੁਫ਼ਤ ਰਾਸ਼ਨ, ਕਿਤੇ ਤੀਰਥ ਯਾਤਰਾ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਜਾਇਆ ਜਾ ਰਿਹਾ, ਕਿਤੇ ਰਜਿਸਟਰੀਆਂ ਤੋਂ ਜਿਹੜੀਆਂ ਲੱਗੀਆਂ ਹੋਈਆਂ ਸੀ NOC ਦੀਆਂ ਸ਼ਰਤਾਂ ਉਹ ਹਟ ਰਹੀਆਂ ਨੇ, ਫਰਦਾਂ ਔਨਲਾਈਨ ਮਿਲ ਰਹੀਆਂ ਨੇ, ਕਿਤੇ ਫੈਕਟਰੀਆਂ ਆ ਰਹੀਆਂ ਨੇ ਸਾਡੇ ਦਰਮਿਆਨ। ਪੰਜਾਬ ਜਿਹੜਾ ਉਹਦੇ ਰੰਗ ਉੱਭਰਨੇ ਸ਼ੁਰੂ ਹੋ ਗਏ, ਜਿਹੜਾ ਰੰਗਲਾ ਪੰਜਾਬ ਆਪਾਂ ਸੋਚਿਆ ਸੀ ਉਹਦੇ ਰੰਗ ਉੱਭਰਨੇ ਸ਼ੁਰੂ ਹੋ ਗਏ। ਅਤੇ ਰੰਗ ਕੌਣ ਭਰ ਰਿਹਾ? ਤੁਸੀਂ ਭਰ ਰਹੇ ਹੋ, ਬੁਰਸ਼ ਤੁਹਾਡੇ ਹੱਥ 'ਚ ਹੈ, ਰੰਗ ਭਰਨ ਵਾਲਾ ਬੁਰਸ਼, ਰੰਗਦਾਰ ਬੁਰਸ਼। ਵੀਰੋ, ਮੈਂ ਪਿਛਲੇ ਦਿਨੀ ਪਿੰਡ 'ਚ ਗਿਆ, ਇੱਕ ਪਿੰਡ 'ਚ ਰੋਜ਼ ਜਾਂਦੇ ਰਹਿੰਦੇ ਹਾਂ, ਤਾਂ ਮੈਨੂੰ ਇੱਕ ਨਵੀਂ ਗੱਲ ਪਤਾ ਲੱਗੀ। ਇੱਕ ਬਜ਼ੁਰਗ ਕਿਸਾਨ ਸੀ, ਉਹ ਮੈਨੂੰ ਮੇਰਾ ਸਿਰ ਪੜੋਸ ਕੇ ਮੈਨੂੰ ਕਹਿੰਦਾ, ਪੁੱਤ ਜਿਉਂਦਾ ਰਹਿ, ਬਿਜਲੀ ਤਾਂ ਮਿਲਦੀ ਹੋਈ ਮਿਲਦੀ ਹੈ, ਕਹਿੰਦਾ ਜ਼ਿੰਦਗੀ 'ਚ, ਕਹਿੰਦਾ 75 ਕੁ ਸਾਲ ਦੀ ਉਮਰ ਹੋ ਗਈ, ਮੈਂ ਆਪਣੀ ਜ਼ਿੰਦਗੀ 'ਚ ਪਹਿਲਾਂ ਕਦੇ ਨਹੀਂ ਦੇਖਿਆ, ਇਸ ਵਾਰ ਪਹਿਲੀ ਵਾਰ ਹੋਇਆ ਕਿ ਕਣਕਾਂ ਨੂੰ ਪਾਣੀ ਦੇਣ ਵਾਸਤੇ
ਰਾਤ ਨੂੰ ਖੇਤ ਨਹੀਂ ਜਾਣਾ ਪਿਆ, ਦਿਨੇ ਦਿਨੇ ਹੀ ਕੰਮ ਹੋ ਜਾਂਦਾ। ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ, ਪਰ ਲੋਕਾਂ ਨੂੰ ਪਤਾ ਇਸ ਗੱਲ ਦਾ, ਕਿਉਂਕਿ ਮੈਂ ਬਿਜਲੀ ਬੋਰਡ ਨੂੰ ਕਿਹਾ ਹੋਇਆ ਕਿ ਬਿਜਲੀ ਰਾਤ ਨੂੰ ਵੀ ਦੇਣੀ ਹੈ, ਬਿਜਲੀ ਦਿਨੇ ਵੀ ਦੇਣੀ ਹੈ। ਕਿਉਂ ਆਪਾਂ ਉਹਨਾਂ ਨੂੰ ਠੰਡ 'ਚ ਮਾਰੀਏ? ਕਿਉਂਕਿ ਧਨੀ ਰਾਮ ਚਾਤਰਿਕ ਨੇ ਕਿਹਾ, ਕਿਸੇ ਵੇਲੇ ਲਿਖਿਆ ਸੀ ਕਿ ਕੱਕਰੀ ਰਾਤ ਸਿਆਲ ਦੀ ਧਰਤੀ ਸੁੰਨਮਸਾਨ, ਕੱਕਰੀ ਰਾਤ ਸਿਆਲ ਦੀ ਧਰਤੀ ਸੁੰਨਮਸਾਨ, ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ, ਖਲਕਤ ਸੁੱਤੀ ਅੰਦਰੀ ਨਿੱਘੀਆਂ ਬੁੱਕਲਾਂ ਤਾਣ, ਜੇ ਮੂੰਹ ਕੱਢੀਏ ਬੁੱਕਲੋਂ ਪਾਲਾ ਆਵੇ ਖਾਣ, ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਕਰਦਾ ਹੋਊ ਇਸ਼ਨਾਨ, ਜਾਂ ਕੋਈ ਜਾਗੇ ਅੰਨਦਾਤਾ ਕਿਰਸਾਨ, ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ। ਇਹ ਧਨੀ ਰਾਮ ਚਾਤਰਿਕ ਜੀ ਨੇ ਲਿਖਿਆ ਸੀ। ਰਾਤਾਂ ਦੀ ਠੰਡ 'ਚ ਪਾਣੀ ਲਾਉਣਾ, ਔਰ ਟਾਈਮ ਵੀ ਕੋਈ ਨਹੀਂ, 11:30 ਬਿਜਲੀ ਆਊ, ਨਾ ਪਹਿਲਾਂ ਸੌਂ ਸਕਦੇ ਹਾਂ ਨਾ ਬਾਅਦ 'ਚ ਸੌਂ ਸਕਦੇ ਹਾਂ। ਅਸੀਂ ਕਿਹਾ ਵੀ ਨਹੀਂ, ਦਿਨੇ ਬਿਜਲੀ ਦਿਓ। ਜਦੋਂ ਬਾਕੀ ਸਾਰੇ ਦਫ਼ਤਰ 9 to 5 ਬੰਦ ਹੋ ਜਾਂਦੇ ਹੈ, ਜਾਂ 10 to 4 ਦਾ ਟਾਈਮ ਹੈ, ਕਿਸਾਨਾਂ ਦਾ ਦਫ਼ਤਰ ਉਹਨਾਂ ਦਾ ਖੇਤ ਹੈ, ਉਹਨੂੰ ਵੀ ਘਰੇ ਪਰਿਵਾਰ ਨਾਲ ਆ ਕੇ ਬਹਿ ਕੇ ਟਾਈਮ 'ਤੇ ਆਵੇ, ਰੋਟੀ ਖਾਵੇ, ਪਰਿਵਾਰ ਨਾਲ ਗੱਲਾਂ ਕਰੇ। ਸੋ ਇਸ ਕਰਕੇ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਅਸੀਂ ਆ ਰਾਸ਼ਨ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ, ਇਹਦੇ 'ਚ ਆਟਾ ਵੀ ਹੈ, ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ, ਜੇ ਚੱਕੀ 'ਤੇ ਆਟਾ ਪਿਹਾਉਣ ਦਾ ਤੁਸੀਂ ਕਹਿੰਦੇ ਅਸੀਂ, ਮੈਂ ਆਟਾ ਪਿਹਾਉਣ ਦੇ ਖੱਜਲ ਖੋਰਿਆਂ 'ਚ ਪੈਣਾ ਚਾਹੁੰਦਾ, ਮੈਨੂੰ ਪੀਸਿਆ ਹੋਇਆ ਆਟਾ ਦਿਓ, ਉਹ ਵੀ ਤਾਜ਼ਾ ਹੀ ਦੇਵਾਂ, ਕਿਉਂਕਿ ਆਟਾ ਪੀਸਿਆ ਹੋਇਆ ਜ਼ਿਆਦਾ ਦਿਨ ਰਹਿ ਨਹੀਂ ਸਕਦਾ, ਖਰਾਬ ਹੋ ਜਾਂਦਾ, ਸਾਨੂੰ ਪਤਾ। ਜਿਸ ਆਟੇ ਦੀਆਂ ਸਾਡੇ ਮੰਤਰੀ ਅਤੇ ਮੈਂ, ਜਿਹੜਾ ਸਾਡੇ ਘਰ ਆਟੇ ਦੀਆਂ ਰੋਟੀਆਂ ਬਣਦੀਆਂ ਨੇ, ਉਹੋ ਜਿਹੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ। ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ, ਉਹੋ ਜਿਹਾ ਅਸੀਂ ਅਣਮਨੁੱਖੀ ਵਿਹਾਰ ਕਰੀਏ, ਇਹ ਨਹੀਂ ਹੋਊਗਾ ਜੀ। ਹਰ ਹਫ਼ਤੇ ਕੇਜਰੀਵਾਲ ਸਾਹਿਬ ਕਿਸੇ ਨਾ ਕਿਸੇ ਸਕੀਮ ਦਾ ਉਦਘਾਟਨ ਕਰਨ ਆਉਂਦੇ, ਅਸੀਂ ਬੁਲਾਉਂਦੇ ਹਾਂ ਉਹਨਾਂ ਨੂੰ ਕਿ ਆਓ ਜੀ ਦੇਖੋ, ਤੁਹਾਡੀ ਪਾਰਟੀ ਜਿਹੜੀ ਤੁਸੀਂ ਬੂਟਾ ਲਾਇਆ ਸੀ ਰਾਮਲੀਲਾ ਗਰਾਊਂਡ ਦੇ ਵਿੱਚ, ਉਹ ਪੰਜਾਬ ਦੇ ਵਿੱਚ ਫਲ ਵੀ ਦੇਣ ਲੱਗ ਗਈ, ਛਾਂ ਵੀ ਦੇਣ ਲੱਗ ਗਈ, ਅਤੇ ਲੋਕ ਉਸ ਬੂਟੇ ਦੀ ਛਾਂ ਵੀ ਮਾਣ ਰਹੇ ਨੇ, ਫਲ ਵੀ ਮਾਣ ਰਹੇ ਨੇ, ਉਸ ਬੂਟੇ ਦੇ ਫੁੱਲ ਵੀ ਜਿਹੜੇ ਨੇ ਉਹ ਸੁਗੰਧੀਆਂ ਬਣ ਰਹੇ ਨੇ। ਆ ਸਾਰੇ ਬੈਠੇ ਆ ਸਾਡੇ ਸਾਰੇ ਉਹ ਫਲ ਫੁੱਲ ਜਿਹੜੇ ਸਾਡੇ ਦਰਮਿਆਨ ਤੁਸੀਂ ਲੱਖਾਂ ਦੀ ਗਿਣਤੀ 'ਚ ਅੱਜ ਆਏ ਹੋ। ਸੋ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ, ਕਿਹੜੇ ਕਿਹੜੇ ਫੀਲਡ ਦੀ ਗੱਲ ਕਰੀਏ ਜਿੱਥੇ ਕੰਮ ਨਹੀਂ ਹੋਇਆ? ਬਿਜਲੀ ਦੀ ਗੱਲ ਚੱਲ ਰਹੀ ਹੈ, ਕੱਲ੍ਹ ਨੂੰ ਗੋਇੰਦਵਾਲ ਸਾਹਿਬ ਜਾਵਾਂਗੇ, 540 ਮੈਗਾਵਾਟ ਵਾਲਾ ਜਿਹੜਾ ਥਰਮਲ ਪਲਾਂਟ ਖਰੀਦਿਆ GVK ਕੰਪਨੀ ਤੋਂ, ਜਿਹਦਾ ਨਾਮ ਰੱਖਿਆ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਸ਼੍ਰੀ ਗੋਇੰਦਵਾਲ ਸਾਹਿਬ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬਿਤਾਈ, ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਅਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ, ਉਹਨਾਂ ਦੇ ਨਾਂ 'ਤੇ ਰੱਖਿਆ। ਕੱਲ੍ਹ ਨੂੰ ਉਹਦੀਆਂ ਰਸਮੀ ਤੌਰ 'ਤੇ ਚਾਬੀਆਂ ਲੈ ਕੇ ਸੁੱਚ ਦੱਬਾਂਗੇ, ਉਹ ਆਪਣਾ ਹੋ ਗਿਆ ਜੀ, ਉਹ ਸਰਕਾਰ ਦਾ ਹੋ ਗਿਆ ਜੀ। ਕਿਉਂਕਿ ਸਾਡੇ ਕੋਲ ਕੋਲੇ ਦੀ ਖਾਨ ਹੈਗੀ ਹੈ ਝਾਰਖੰਡ ਦੇ ਵਿੱਚ, ਉਹ 'ਚੋਂ ਕੋਲਾ ਆਊਗਾ, ਬਿਜਲੀ ਹੋਰ ਵੀ ਸਸਤੀ ਹੋਊਗੀ, ਇੰਡਸਟਰੀ ਵਾਸਤੇ ਵੀ ਬਿਜਲੀ ਸਸਤੀ ਹੋਊਗੀ। ਸੋ ਬਿਜਲੀ ਬੋਰਡ ਆਪਣਾ ਕੰਮ ਕਰ ਰਿਹਾ, ਮਾਰਕਫੈੱਡ ਬੜਾ ਵੱਡਾ ਅਦਾਰਾ, ਬਹੁਤ ਵਧੀਆ ਚੀਜ਼ਾਂ ਬਣਾਉਂਦੇ ਸੀ, ਪਰ ਮਾਰਕਫੈੱਡ ਨੂੰ ਘਾਟੇ 'ਚ ਕਰਕੇ ਰੱਖਤਾ, ਕਿਉਂਕਿ ਇਹਨਾਂ ਦਾ ਧਿਆਨ ਹੀ ਹੈ ਨਹੀਂ ਸੀ। ਵੇਰਕਾ
ਵੇਰਕਾ ਦੀ ਚੜ੍ਹਾਈ ਕਿਸੇ ਸਮੇਂ ਬੰਗਾਲ ਤੱਕ ਸੀ ਜੀ, ਬੰਗਾਲ ਦੇ ਵਿੱਚ ਦਫ਼ਤਰ ਹੈ, ਤੁਹਾਨੂੰ ਹੈਰਾਨੀ ਹੋਊਗੀ। ਹੁਣੇ ਲੱਭਿਆ ਸਾਨੂੰ ਹਜੇ 3 ਕੁ ਮਹੀਨੇ ਪਹਿਲਾਂ, ਕਲਕੱਤੇ ਦੇ ਵਿੱਚ ਵੇਰਕਾ ਦਾ ਦਫ਼ਤਰ ਹੈ ਬਹੁਤ ਵੱਡਾ। ਕਿਸੇ ਜ਼ਮਾਨੇ 'ਚ ਉੱਧਰ ਦੁੱਧ ਪਾਊਡਰ ਵਾਲਾ ਵੇਰਕਾ ਦੁੱਧ ਜਾਂਦਾ ਹੁੰਦਾ ਸੀ। ਅਤੇ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਦਾ ਇੱਕ ਹੋਰ, ਆ ਜਿਹੜੇ ਕਹਿੰਦੇ ਹੁੰਦੇ ਆ ਨਾ ਟੀ ਵੀ 'ਤੇ ਜਾਂ ਇਉਂ ਤੁਰੇ ਫਿਰਦੇ ਆ, ਇਹ ਦਿੱਲੀ ਨਾਲ ਸਮਝੌਤਾ ਜਿਹੜਾ ਨੌਲੇਜ ਸ਼ੇਅਰਿੰਗ ਸਮਝੌਤਾ ਹੈ ਉਹ ਕੀ ਹੁੰਦਾ ਹੈ, ਦਿੱਲੀ ਤੋਂ ਕੀ ਸਿੱਖਾਂਗੇ। ਮੁਹੱਲਾ ਕਲੀਨਿਕਾਂ ਦਾ ਆਈਡੀਆ ਸਾਰਾ ਦਿੱਲੀ ਤੋਂ ਲਿਆ। ਇਹਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ ਕੇਜਰੀਵਾਲ ਸਾਹਿਬ ਨੂੰ, ਉੱਥੇ ਸਰਕਾਰ ਨੂੰ, ਪਰ ਆਪਾਂ ਨੇ ਸਫਲ, ਜਦੋਂ ਸਫਲ ਹੋ ਗਿਆ ਉਦੋਂ ਆਪਾਂ ਨੇ ਉਸ ਆਈਡੀਏ ਨੂੰ ਇੱਥੇ ਲਿਆ ਕੇ ਲਾਗੂ ਕਰਤਾ, ਇੱਥੇ ਕਾਮਯਾਬ ਹੈ। ਸਕੂਲ ਆਫ ਐਮੀਨੈਂਸ, ਉਹ ਵੀ ਆਈਡੀਆ, ਬਹੁਤ ਮੁਸ਼ਕਲਾਂ ਆਈਆਂ ਇਹਨਾਂ ਨੂੰ ਆਪਣੇ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ, ਪਰ ਅਸੀਂ ਇਹਨਾਂ ਦੇ ਅਪਗ੍ਰੇਡ ਕੀਤੇ ਕਰੇ ਕਰਾਏ ਜਿਹੜਾ ਮਾਡਲ ਹੈ ਉਹ ਇੱਥੇ ਲਿਆ ਕੇ ਕਾਮਯਾਬ ਕਰਤਾ। ਅਤੇ ਹੁਣ ਤੁਹਾਨੂੰ ਖੁਸ਼ਖਬਰੀ ਦੱਸਣ ਲੱਗਿਆਂ, ਆ ਜਿਹੜਾ ਵੇਰਕਾ ਹੈ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਅਰੀਆਂ ਦਾ ਜਾਂਦਾ ਹੈ, ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ, ਅਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਅਰੀ ਹੈ। ਦਿੱਲੀ ਦੇ ਵਿੱਚ ਵੇਰਕਾ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਅਤੇ MCD ਤੋਂ ਪਰਮਿਸ਼ਨ ਲੈ ਲਈ, ਹੁਣ ਦਿੱਲੀ ਦੇ ਵਿੱਚ ਵੀ ਵੇਰਕਾ ਦਾ ਦਫ਼ਤਰ ਵੀ ਖੁੱਲੂਗਾ ਅਤੇ ਵੇਰਕਾ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ। ਉਹ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲ੍ਹਾਂਗੇ ਜੀ। ਅਸੀਂ ਵੇਰਕਾ ਨੂੰ ਪ੍ਰੋਫਿਟ 'ਚ ਲੈ ਕੇ ਆਉਣਾ ਹੈ, ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜੀ, ਜੇ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਵੇਰਕਾ ਦਾ, ਜਿੰਨਾ ਪ੍ਰੋਫਿਟ ਹੋਊਗਾ ਉਹ 'ਚ ਕਿਸਾਨਾਂ ਨੂੰ ਫਾਇਦਾ ਮਿਲਦਾ। ਸੋ ਇਸ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ, ਅਸੀਂ ਆਪਣੇ ਫਾਇਦੇ ਵਾਸਤੇ ਨਹੀਂ ਸੋਚਦੇ। ਆ ਹੁਣ ਉਹ ਫਿਰਦੇ ਨੇ ਤੁਰੇ, ਉਹ ਅਕਾਲੀ ਦਲ ਵਾਲੇ, ਉਹ ਕੀ ਉਹਦਾ ਨਾਂ, ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ, ਉਹ ਪੰਜਾਬ ਬਚਾਓ ਨਹੀਂ, ਉਹ ਪਰਿਵਾਰ ਬਚਾਓ ਹੈ। ਪਰਸੋਂ ਆਪਦੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ, ਕੱਲ੍ਹ ਪ੍ਰਾਹੁਣੇ ਦੇ ਇਲਾਕੇ 'ਚ ਫਿਰਦਾ ਸੀ ਪ੍ਰਾਹੁਣਾ ਬਚਾਓ, ਹੈ ਨਾ। ਪੰਜਾਬ ਬਚਾਓ ਨਹੀਂ ਹੈਗਾ, ਇਹ ਉਹਦਾ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ। ਕਿਉਂ ਬਚਾਈਏ, ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ, ਕਿਉਂ ਬਚਾਈਏ ਅਸੀਂ ਤੁਹਾਨੂੰ। ਉਹਨਾਂ ਦਾ ਕੋਈ ਏਜੰਡਾ ਨਹੀਂ, ਕੁਛ ਨਹੀਂ। ਲੱਗ ਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ 'ਤੇ ਬਹਿ ਕੇ ਪਾਣੀ ਪੀਣ ਅਤੇ ਰੋਟੀ ਖਾਣ, ਪਹਿਲਾਂ ਕਦੇ ਲੱਗਿਆ ਸੀ? ਇਹ ਤੁਸੀਂ ਲਾਇਆ, ਛੱਤ 'ਤੇ ਬਿਠਾਉਂਦੇ ਆ ਪਹਿਲਾਂ ਉਹਨੂੰ, ਸਵੇਰੇ ਹੀ ਬਿਠਾ ਲੈਂਦੇ ਨੇ ਕਿਉਂਕਿ ਜ਼ਿਆਦਾ ਬਾਹਰ ਚੜ੍ਹਨਾ ਉਤਨਾ ਔਖਾ ਉਹਨੂੰ, ਅਤੇ ਸਵੇਰੇ ਹੀ ਬਿਠਾ ਲੈਂਦੇ ਨੇ, ਉੱਥੇ ਹੀ ਰੋਟੀ, ਉੱਥੇ ਹੀ ਪਾਣੀ, ਐਂ ਕਰਦਾ ਫਿਰਦਾ। ਸਾਨੂੰ ਬਚਾ ਲਓ, ਸਾਨੂੰ ਬਚਾ ਲਓ, ਕਿਉਂ ਬਈ? ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ, ਫਿਰ ਪਰਮਾਤਮਾ ਆਪ ਹੀ ਦੇਖਦਾ। ਜਿਹੜੀ ਗੁਰੂ ਸਾਹਿਬ ਦੀ, ਜਿਹੜੀ ਪਰਮਾਤਮਾ ਦੀ ਚੱਕੀ ਹੈ, ਉਹ ਚੱਲਦੀ ਥੋੜ੍ਹੀ ਜਿਹੀ ਹੌਲੀ ਹੈ, ਪਰ ਪੀਂਦੀ ਬਹੁਤ ਬਰੀਕ ਹੈ, ਪੀਂਦੀ ਬਹੁਤ ਬਰੀਕ ਹੈ। ਸਭ ਪਤਾ ਉਸ ਕਚਹਿਰੀ 'ਚ, ਉਸ ਕਚਹਿਰੀ 'ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ, ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ। ਸੋ ਇਸ ਕਰਕੇ ਅਸੀਂ 2 ਸਾਲ ਹਜੇ ਹੋਏ ਨਹੀਂ, 40,000 ਤੋਂ ਵੱਧ ਨੌਕਰੀਆਂ ਹੋ ਗਈਆਂ ਜੀ, 40,000। ਤੁਹਾਡੇ 'ਚੋਂ ਵੀ ਬਹੁਤ ਸਾਰੇ ਬੈਠੇ ਹੋਣਗੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਦੋਸਤ ਨੂੰ, ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਊਗੀ। ਕੋਈ ਪੈਸਾ ਲੱਗਿਆ ਹੋਵੇ ਤਾਂ ਦੱਸ ਦਿਓ, ਜਾਂ ਕਿਸੇ MLA ਦੀ ਕੋਈ, ਜਾਂ ਮੰਤਰੀ ਦੀ ਕੋਈ ਸਿਫਾਰਿਸ਼ ਕਰਕੇ ਇਹੋ ਜਿਹਾ ਬੰਦਾ ਅੱਗੇ ਆ ਗਿਆ ਜਿਹਦੇ ਨੰਬਰ ਘੱਟ ਸੀ, ਜਾਂ ਇਹੋ ਜਿਹਾ ਬੰਦਾ ਜਾਂ ਮੁੰਡਾ ਕੁੜੀ ਕੋਈ ਰਹਿ ਗਿਆ ਜਿਹਦੇ ਨੰਬਰ ਬਹੁਤ ਜ਼ਿਆਦਾ ਸੀ ਪਰ ਸਿਫਾਰਿਸ਼ ਨਹੀਂ ਮਿਲੀ, ਇਹ ਕੰਮ ਹੁੰਦਾ ਨਹੀਂ ਜੀ। ਅਰਵਿੰਦ ਕੇਜਰੀਵਾਲ ਹੋਰਾਂ ਦੀ ਸੋਚ ਦੇ ਵਿੱਚ ਇਹ ਕੰਮ ਹੈ ਨਹੀਂ, ਅਤੇ ਆਮ ਆਦਮੀ ਪਾਰਟੀ ਦੀ ਸੋਚ ਜਿਹੜੀ ਹੈ ਉਹਦੇ ਵਿੱਚ ਇਹ ਕੰਮ ਹੈ ਨਹੀਂ। ਦਿੱਲੀ 'ਚ ਵੀ ਇੱਦਾਂ ਹੀ ਹੁੰਦਾ, ਪੰਜਾਬ 'ਚ ਵੀ ਇੱਦਾਂ ਹੀ ਹੁੰਦਾ। ਸਰਕਾਰੀ ਨੌਕਰੀਆਂ 40,000 ਤੋਂ ਬਾਅਦ ਦੇਖ ਕੇ ਤੁਹਾਡੇ ਸਾਹਮਣੇ ਖੜ੍ਹੇ ਹਾਂ। ਫੈਕਟਰੀਆਂ ਆ ਰਹੀਆਂ ਨੇ ਵੱਡੇ ਵੱਡੇ, ਜਿਹੜੇ ਕਹਿੰਦੇ ਕਹਾਉਂਦੇ ਟਾਟਾ ਸਟੀਲ ਵਰਗੇ, ਸਨਾਤਨ ਟੈਕਸਟਾਈਲ ਵਰਗੇ,
ਵੱਡੇ ਵੱਡੇ ਜਿਹੜੇ ਗਰੁੱਪ ਨੇ ਜਿਹੜੇ ਪਹਿਲਾਂ ਪੰਜਾਬ ਵੱਲ ਆਉਂਦੇ ਨਹੀਂ ਸੀ, ਕਿਉਂਕਿ ਜਦੋਂ ਪੰਜਾਬ 'ਚ ਆਉਂਦੇ ਸੀ ਉਹਨਾਂ ਤੋਂ ਹਿੱਸਾ ਮੰਗਿਆ ਜਾਂਦਾ ਸੀ। ਹੁਣ ਅਸੀਂ ਇਹ ਕਹਿੰਦੇ ਹਾਂ ਕਿ 2 ਯੂਨਿਟ ਲਾਉਣੇ ਨੇ, 2 ਦੀ ਥਾਂ 4 ਲਾ ਲਓ। ਜੇ 1000 ਮੁੰਡੇ ਕੁੜੀਆਂ ਨੂੰ ਕੰਮ ਦਿੰਦੇ ਹੋ, 2000 ਨੂੰ ਕੰਮ ਦੇ ਦਿਓ, ਅਸੀਂ ਤੁਹਾਨੂੰ ਕੋਈ ਫਾਇਲ ਨਹੀਂ ਰੋਕਦੇ। 15-20 ਦਿਨਾਂ 'ਚ ਤੁਸੀਂ ਆਪਣਾ ਫੈਕਟਰੀ ਦੀ ਪਹਿਲੀ ਇੱਟ ਲਾ ਕੇ ਬਣਾਉਣੀ ਸ਼ੁਰੂ ਕਰੋ। ਬਹੁਤ ਸਾਰੀਆਂ ਫੈਕਟਰੀਆਂ ਦੇ ਉਦਘਾਟਨ ਵਾਸਤੇ ਮੇਰੇ ਕੋਲ ਆਇਆ ਪਿਆ ਜੀ, ਤੁਸੀਂ ਆ ਕੇ ਜਾਇਓ ਕਦੇ। ਅਸੀਂ ਫੈਕਟਰੀਆਂ ਜਿਹੜੀਆਂ ਨੇ ਉਹ ਬਣਨ ਲੱਗ ਗਈਆਂ। ਕਿਉਂ ਬਣਨ ਲੱਗ ਗਈਆਂ? ਕਿਉਂਕਿ ਕਰਪਸ਼ਨ ਖਤਮ ਹੋ ਗਈ, ਲੀਕੇਜ ਬੰਦ ਕਰਤੀ। ਜਿਹੜੇ ਪਹਿਲਾਂ ਪੈਸੇ ਇੱਧਰ ਉੱਧਰ ਲੀਕ ਹੋ ਜਾਂਦੇ ਸੀ, ਜਿਹੜੇ ਖਾਲਾਂ 'ਚ ਖੱਡਾਂ ਪੈਂਦੀਆਂ ਨੇ, ਉਹ ਖਾਲ ਜਿਹੜਾ ਉਹਦਾ ਪਾਣੀ ਨੱਕੇ ਤੱਕ ਨਹੀਂ ਪਹੁੰਚਦਾ। ਕਿਆਰਾ ਕੌਣ ਹੈ? ਕਿਆਰਾ ਮੇਰਾ ਪੰਜਾਬ ਹੈ। ਪੰਜਾਬ ਨੂੰ ਜੇ ਕਿਆਰਾ ਮੰਨ ਲਈਏ ਇੱਕ, ਅਤੇ ਜਿਹੜਾ ਟੈਕਸ ਦਾ ਪੈਸਾ ਉਹਨੂੰ ਖਾਲ ਦਾ ਪਾਣੀ ਮੰਨ ਲਈਏ, ਖਜ਼ਾਨਾ ਮੰਨ ਲਈਏ, ਉਹ ਤਾਂ ਫਿਰ ਖਾਲ ਤਾਂ ਕਦੇ ਇੱਧਰ ਟੁੱਟ ਗਿਆ, ਕਦੇ ਇੱਧਰ ਟੁੱਟ ਗਿਆ। ਇਹਨਾਂ ਨੇ ਆਪਣੇ ਆਪਣੇ ਕੈਰਾਂ ਵਾਲੀ ਨੱਕੇ ਵੱਢ ਰੱਖੇ ਸੀ। ਜਿਹੜਾ ਅਸਲੀ ਨੱਕਾ ਲੋਕਾਂ ਵਾਲਾ, ਉਹ ਤੱਕ ਤਾਂ ਪਾਣੀ ਦੀ ਘੁੱਟ ਵੀ ਨਹੀਂ ਪਹੁੰਚਦੀ ਸੀ। ਸੋ ਇਸ ਤਾਂ ਕੰਨੀ ਦੇ ਕੈਰਿਆਂ ਵਾਂਗੂ ਸੁੱਕੇ ਰਹਿ ਗਏ ਸੀ। ਪਰ ਹੁਣ ਇੱਧਰੋਂ ਉੱਧਰੋਂ ਵੀ ਲੀਕੇਜ ਬੰਦ ਹੋਊਗੀ, ਅਤੇ ਸੁੱਖ ਨਾਲ ਬਹੁਤ ਵਧੀਆ ਵਧੀਆ ਕੰਮ ਕਰਕੇ ਕਮਾਈਆਂ ਰੈਵਨਿਊ ਲੈ ਕੇ ਉਸ ਖਾਲ ਨੂੰ ਵੀ ਵੱਡਾ ਅਤੇ ਚੌੜਾ ਕਰਕੇ ਲੋਕਾਂ ਵੱਲ ਨੂੰ ਖਜ਼ਾਨੇ ਦਾ ਮੂੰਹ ਕਰਨਾ ਅਤੇ ਲੋਕਾਂ ਦਾ ਖਜ਼ਾਨਾ। ਕਦੇ 2.5 ਸਾਲ ਹੋ ਗਏ ਇੱਥੇ ਸਾਡੇ ਮਿਨਿਸਟਰ ਸਾਹਿਬ ਬੈਠੇ ਨੇ, ਸਾਰੇ ਖੇਤੀ ਮੰਤਰੀ ਬੈਠੇ ਨੇ, ਸਾਡੇ ਅਫਸਰ ਬੈਠੇ ਨੇ, 22 ਮਹੀਨੇ ਹੋ ਗਏ। ਤੁਸੀਂ ਕਦੇ ਸਾਡੇ ਕਿਸੇ ਮਿਨਿਸਟਰ ਦੇ ਜਾਂ ਸਾਡੇ ਕਿਸੇ ਅਫਸਰ ਦੇ ਜਾਂ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਜੀ? ਨਹੀਂ ਸੁਣਿਆ ਨਾ। ਅੱਛਾ, ਇਦੂ ਪਹਿਲਾਂ ਵਾਲੇ ਤੋਂ ਕਦੇ ਸੁਣਿਆ ਵੀ ਖਜ਼ਾਨਾ ਭਰਿਆ ਹੋਇਆ ਜੀ? ਜਿਉਂ ਲੱਗਦੇ ਸੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਉਹ ਕਿੱਥੋਂ ਖਜ਼ਾਨਾ ਖਾਲੀ ਆ? ਤੁਹਾਡੀ ਨੀਅਤ ਖਾਲੀ ਹੈ। ਨੀਅਤ ਖਾਲੀ ਸੀ, ਖਜ਼ਾਨਾ ਕੋਈ ਖਾਲੀ ਨਹੀਂ ਸੀ। ਉਹੀ ਖਜ਼ਾਨਾ, ਉਹੀ ਖੰਭੇ ਨੇ, ਉਹੀ ਤਾਰਾਂ ਨੇ, ਉਹੀ ਪਲੱਗ ਨੇ, ਉਹੀ ਜੈਂਪਰ ਨੇ। ਹੁਣ ਕਿਵੇਂ ਬਿਜਲੀ ਆਉਣ ਲੱਗ ਗਈ? ਉਹੀ ਬਸ ਨੀਅਤ ਦੇ ਮਾੜੇ ਨੇ ਇਹ। ਸੋ ਅਸੀਂ ਤੁਹਾਡੇ ਸਿਰ 'ਤੇ ਉੱਡਦੇ ਹਾਂ, ਅਸੀਂ ਸਾਡੀਆਂ ਉਡਾਰੀਆਂ, ਸਾਡੇ ਖੰਭ ਤੁਸੀਂ ਹੋ, ਪਬਲਿਕ ਲੋਕ। ਤੁਸੀਂ ਦੇਖਦੇ ਹੋਵੋਗੇ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ। ਉਹ ਕੌਣ ਕੌਣ ਨੇ ਜਿਹੜੇ ਗਾਲਾਂ ਕੱਢਦੇ ਨੇ? ਜਿਨ੍ਹਾਂ ਦੀਆਂ ਕੁਰਸੀਆਂ ਖੋਲੀਆਂ, ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ। ਇਹ ਲੀਡਰਾਂ ਦੇ ਜਵਾਕਾਂ ਦੀ ਇੱਕ ਪ੍ਰੋਬਲਮ ਹੈ, ਆਪਾਂ ਤਾਂ ਕੁਛ ਵੀ ਕਰ ਲਾਂਗੇ, ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ, ਦੂਜਾ ਤਾਂ ਤੀਜਾ। ਇਹਨਾਂ ਨੂੰ ਸੱਤਾ 'ਚ ਰਹੇ ਬਿਨਾਂ ਹੋਰ ਕੋਈ ਕੰਮ ਆਉਂਦਾ ਹੀ ਨਹੀਂ। ਇਹ ਸਭ ਬੇਰੁਜ਼ਗਾਰ ਹੋ ਗਏ, ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋਏ ਨੇ। ਇਹ ਸੁਖਬੀਰ ਹੋ ਰਹੀ, ਇਹ ਜਿਹੜੇ ਆ ਮਜੀਠੀਏ ਹੋ ਰਹੀ, ਸਾਰੇ ਅਬਚੀ ਬਾਜਵੇ ਹੋ ਰਹੀ ਬੜੇਂਗੇ, ਨਵੀਂ ਕਿਸਮ ਦੇ ਬੇਰੁਜ਼ਗਾਰ ਨੇ। ਇਹ ਤਾਂਹੀਓ ਕਹਿੰਦੇ ਫਿਰਦੇ ਆ, ਗਾਲਾਂ ਕੱਢਦੇ ਫਿਰਦੇ ਆ, ਭਗਵੰਤ ਮਾਨ ਨੇ ਆਹ ਕਰਤਾ, ਕੇਜਰੀਵਾਲ ਨੇ ਉਹ ਕਰਤਾ। ਉਹ ਭਾਈ, ਅਸੀਂ ਤਾਂ ਪੰਜਾਬ ਦੇ ਵਾਸਤੇ ਲੱਗੇ ਹੋਏ ਹਾਂ। ਅਫਸਰ ਸੀ, IRS ਅਫਸਰ ਸੀ, ਇਨਕਮ ਟੈਕਸ ਦੇ ਕਮਿਸ਼ਨਰ ਸੀ ਕੇਜਰੀਵਾਲ ਸਾਹਿਬ। ਚਾਹੁੰਦੇ ਤਾਂ ਪੰਡਾਂ ਦੀਆਂ ਪੰਡਾਂ ਨੋਟਾਂ ਦੀਆਂ ਘਰੇ ਲਿਆ ਸਕਦੇ ਸੀ। ਮੈਂ ਵੀ ਕਲਾਕਾਰ ਸੀ, ਮਸ਼ਹੂਰ ਕਲਾਕਾਰ ਸੀ। ਸਾਰੇ ਸਾਡੇ ਜਿੰਨੇ ਵਕੀਲ ਸੀਗੇ, ਸਾਡੇ ਵਿੱਤ ਮੰਤਰੀ ਸਾਹਿਬ ਬੈਠੇ ਆ, ਵਕੀਲ ਸੀਗੇ ਸਾਡੇ। ਹਰੇਕ ਬੰਦਾ ਆਪਣੀ ਆਪਣੀ ਜਗ੍ਹਾ 'ਤੇ ਕੋਈ ਨਾ ਕੋਈ ਕੰਮ ਕਰਦਾ ਸੀ। ਸਾਨੂੰ ਕੀ ਲੋੜ ਸੀ ਬਈ? ਸਾਨੂੰ ਕੀ ਲੋੜ ਸੀ ਇਹਨਾਂ ਤੋਂ ਆਲੋਚਨਾ ਕਰਾਉਣ ਦੀ ਜਾਂ ਗਾਲਾਂ ਖਾਣ ਦੀ? ਕੱਢੀ ਜਾਣ ਗਾਲਾਂ, ਕੋਈ ਗੱਲ ਨਹੀਂ। ਮੈਂ ਤੁਹਾਨੂੰ ਦੱਸੀ ਜਾਂਦਾ ਕਿ ਆਪਾਂ ਪਿੰਡਾਂ ਵਾਲੇ ਹਾਂ, ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ, ਇਹਨਾਂ ਨੂੰ ਆਪਣੇ 'ਚੋਂ ਮੁਸ਼ਕ ਆਉਂਦੀ ਹੈ। ਇਹਨਾਂ ਨੂੰ ਇਹ ਲੱਗਦਾ ਇਹ ਕਿਹੋ ਜਿਹੇ ਆ ਗਏ। ਕਿਹਾ ਤਾਂ ਹੈਗਾ ਸੀ ਉਹਨੇ ਬਾਜਵੇ ਨੇ, ਇਹ ਕਿਹੋ ਜਿਹੇ ਆ ਗਏ, ਇਹ ਫਲਾਣੇ ਆ ਗਏ। ਦੱਸਾਂਗੇ ਤੁਹਾਨੂੰ ਕਿਹੋ ਜਿਹੇ ਆ ਗਏ, ਤੁਸੀਂ ਦੇਖਦੇ ਜਾਓ। ਕਿਹੋ ਜਿਹੇ ਆ ਗਏ? ਸਾਨੂੰ ਮਟੀਰੀਅਲ ਹੀ ਦੱਸਦੇ ਆ ਕਿਹੋ ਜਿਹਾ ਮਟੀਰੀਅਲ ਆ ਗਿਆ। ਤੁਸੀਂ ਠੇਕਾ ਲਿਆ ਇੱਥੇ ਰਾਜ ਕਰਨ ਦਾ? ਆਮ ਲੋਕ ਨੇ, ਜਨਤਾ, ਪਬਲਿਕ ਹੈ ਜੀ। ਮੈਂ ਹਰਾਇਓ,
ਮੇਰੀ ਕੀ ਔਕਾਤ ਹੈ? ਸਾਡੀ ਕੋਈ ਔਕਾਤ ਨਹੀਂ, ਤੁਸੀਂ ਹਰਾਇਓ, ਤੁਸੀਂ ਕੀਤਾ ਕੰਮ ਇਹ, ਤੁਸੀਂ ਲਾਈਨਾਂ 'ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦਿੱਤਾ, ਕਿਸੇ ਨੂੰ 15 ਸਾਲ, ਕਿਸੇ ਨੂੰ 10 ਸਾਲ, ਕੁਛ ਕੀਤਾ ਹੀ ਨਹੀਂ। ਹੁਣ ਕਹਿੰਦੇ ਪੰਜਾਬ ਬਚਾਓ, ਲੈ ਦੱਸੋ ਕਿਹਤੋਂ ਬਚਾਈਏ? ਤੁਹਾਡੇ ਤੋਂ ਬਚਾਉਣਾ, ਤੁਹਾਡੇ ਤੋਂ ਤਾਂ ਬਚਾਉਣਾ, ਹਜੇ ਹੁਣ ਤਾਂ ਬਚਾ ਕੇ ਹਟਿਆ ਪੰਜਾਬ, ਪੰਜਾਬ ਬਿਲਕੁਲ ਸੇਫ ਹੈ ਜੀ, ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ। ਪੰਜਾਬ ਮੈਂ ਮੁਖੀਆ ਦੇ ਤੌਰ 'ਤੇ ਕਹਿਣਾ, ਪੰਜਾਬ ਬਿਲਕੁਲ ਸੇਫ ਹੈ, ਪੰਜਾਬ ਸਹੀ ਹੱਥਾਂ 'ਚ ਹੈ, ਪੰਜਾਬ ਤਰੱਕੀ ਕਰ ਰਿਹਾ, ਅਤੇ ਪੰਜਾਬ ਨੇ ਆਉਣ ਵਾਲੇ ਕੁਛ ਸਾਲਾਂ 'ਚ ਹੀ ਨੰਬਰ 1 ਸੂਬਾ ਬਣਾ ਦਿਆਂਗੇ, ਦੇਸ਼ ਦਾ ਨੰਬਰ 1 ਸੂਬਾ। ਆ ਪਿੱਛੇ ਜੇ ਸਾਰੇ ਦੇਸ਼ 'ਚੋਂ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਗ੍ਰੀਨ ਪ੍ਰੋਗਰਾਮ ਹੈ, ਕੋਈ ਸਕੂਲਾਂ ਦੇ ਵਿੱਚ ਕਿੰਨੀ ਗ੍ਰੀਨਰੀ ਹੈ, ਸਕੂਲਾਂ 'ਚ ਪੋਲਿਊਸ਼ਨ ਤਾਂ ਨਹੀਂ ਕੋਈ ਹੈਗਾ। ਪੰਜਾਬ ਨੰਬਰ 1 'ਤੇ ਆਇਆ, ਅਤੇ ਉਹਦੇ 'ਚੋਂ ਸੰਗਰੂਰ ਜ਼ਿਲ੍ਹਾ ਦੇਸ਼ 'ਚੋਂ ਨੰਬਰ 1 'ਚ ਆਇਆ ਦੇਸ਼ 'ਚੋਂ, ਕਿ ਸਾਡੇ ਸਕੂਲ ਇਹੋ ਜਿਹੇ ਨੇ। ਲਾਇਬ੍ਰੇਰੀਆਂ ਬਣ ਰਹੀਆਂ ਨੇ ਸਾਰੇ ਪਿੰਡਾਂ ਦੇ ਵਿੱਚ, ਹਲਕਿਆਂ 'ਚ ਲਾਇਬ੍ਰੇਰੀਆਂ, ਕਿਤਾਬਾਂ ਜਿੱਥੇ ਬੱਚੇ ਆਪਦੇ ਸਿਲੇਬਸ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਆ। ਸੋ ਅਸੀਂ ਤਾਂ ਉਹ ਫਾਈਲ ਮੰਗਾਉਂਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ, ਅਤੇ ਉਹ ਫਾਈਲ ਨੂੰ ਅਸੀਂ ਬਿਲਕੁਲ ਵੀ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਨਾਲ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ, ਜਾਂ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ। ਕੋਈ ਇਹੋ ਜਿਹੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦੇ। ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਹੈ, ਕੋਈ ਭਤੀਜੇ ਵੱਲ, ਕੋਈ ਸਾਲੇ ਵੱਲ, ਕੋਈ ਜੀਜੇ ਵੱਲ, ਬਸ ਇੱਦੂ ਬਿਨਾਂ ਇਹਨਾਂ ਨੇ ਕੁਝ ਸੋਚਿਆ ਹੀ ਨਹੀਂ। ਸੋ ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਹਾਂ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ। ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਐਲਾਨ ਕਰਤਾ, ਉਹ ਤੋਂ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ, ਸਾਡਾ ਹੌਸਲਾ ਵਧਜੂ। ਇਹ ਆਉਣ ਵਾਲੇ 10-15 ਦਿਨਾਂ 'ਚ, ਯਾਨੀ ਕਿ ਐਸੇ ਮਹੀਨੇ ਦੇ ਅਖੀਰ 'ਚ, ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਅਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਊਂਸ ਕਰ ਦਾਂਗੇ, 14 ਦੀਆਂ 14 ਜਿੱਤਾਂਗੇ। ਹੱਥ ਖੜ੍ਹੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ। ਆਹ ਪੜਾਸ ਹੈ ਤੁਹਾਡਾ ਬੱਸ ਚੱਲੇ ਤਾਂ ਅੱਜ ਹੀ ਵੋਟਾਂ ਪਵਾ ਲਓ। 14 ਦੀਆਂ 14 ਤੁਹਾਨੂੰ ਐਸੇ ਮਹੀਨੇ 'ਚ ਉਮੀਦਵਾਰਾਂ ਦੇ ਨਾਮ ਦੱਸ ਦਾਂਗੇ, ਕਿਹਾ ਲੜੂਗਾ ਤੁਹਾਡਾ ਉਮੀਦਵਾਰ, ਤੁਹਾਡੇ 'ਚ ਹੋਊਗਾ। ਵੀਰੋ, ਇਹਨਾਂ ਦੀਆਂ ਆਕੜਾਂ ਹਜੇ ਹੈਗੀਆਂ ਨੇ, ਹਜੇ ਛੋਟੇ ਛੋਟੇ ਸਰੀਏ ਤਾਂ ਕੱਢਤੇ, ਹਜੇ ਗਰਦਨਾਂ 'ਚ ਕਿੱਲ ਪਏ ਨੇ ਛੋਟੇ ਛੋਟੇ, ਉਹ ਕਿੱਲ ਵੀ 14-0 ਜਦੋਂ ਕਰੋਗੇ ਉਹ ਕਿੱਲ ਵੀ ਨਿਕਲ ਜਾਣਗੇ। ਮੈਂ ਬੜੇ ਆਰਾਮ ਨਾਲ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ। ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ, ਪਰ ਇਹਨਾਂ ਦਾ ਖਾਤਮਾ ਕਰੋ, ਨਿਬੇੜੋ ਇਹਨਾਂ ਨੂੰ, ਦੰਦਲ ਪਾਓ ਇਹਨਾਂ ਨੂੰ, ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ। ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣੇ 1 ਨਵੰਬਰ ਨੂੰ, 20 ਦਿਨ ਬੁਲਾਈ ਗਿਆ, ਆ ਜਾਓ, ਨਾ ਆਏ ਨਹੀਂ। ਊਂ ਰੋਜ਼ ਆਏ ਨਹੀਂ ਹੋਇਆ, ਆਏ ਉੱਥੇ ਆ ਜਾਂਦੇ ਭਾਈ, ਉੱਥੇ ਕਿਉਂ ਨਹੀਂ ਆਏ? ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ, ਕੋਈ ਫਾਇਦਾ ਨਹੀਂ ਇੱਥੇ ਜਾਣ ਦਾ। ਸੋ ਇਸ ਕਰਕੇ 13-0 ਅਸੀਂ ਨਾਰਾ ਦਿੱਤਾ ਹੈ, ਇਸ ਵਾਰ ਦੇਸ਼ ਦੇ ਵਿੱਚ ਪੰਜਾਬ ਬਣੂੰਗਾ ਹੀਰੋ। ਇਸ ਵਾਰ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ 'ਚ 13-0 ਪੰਜਾਬ ਤੋਂ, ਅਤੇ 14ਵੀਂ ਚੰਡੀਗੜ੍ਹੋਂ। ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ, ਕਿਉਂਕਿ ਤੁਸੀਂ ਦੇਖਿਆ ਨਾ ਸੁਪਰੀਮ ਕੋਰਟ ਨੇ ਕੀ ਝਾੜ ਪਾਈ ਹੈ ਚੰਡੀਗੜ੍ਹ, ਜੋ ਇਹਨਾਂ ਨੇ ਕੀਤਾ, ਕਿਵੇਂ ਵੋਟਾਂ ਗਿਣੀਆਂ ਚੰਡੀਗੜ੍ਹ ਦੇਖ ਲਓ, ਕਿਵੇਂ ਗਿਣ ਰਹੇ ਸੀ ਵੋਟਾਂ, ਉਹ ਬੰਦਾ ਵੋਟਾਂ ਕਿਵੇਂ ਗਿਣ ਰਿਹਾ ਸੀ, ਨਾਲੇ ਕੈਮਰੇ ਵੱਲ ਦੇਖ ਰਿਹਾ ਸੀ, ਉਹ ਦੇਖ ਰਿਹਾ ਸੀ ਬੀਜੇਪੀ ਵਾਲੇ ਪਾਸੇ ਘੱਟ ਨੇ। ਆਹ ਆਮ ਆਦਮੀ ਪਾਰਟੀ ਵਾਲਿਆਂ ਦੀ ਇਹਨਾਂ ਨੂੰ ਕਿਹੜਾ ਪਤਾ ਲੱਗਦਾ, ਮੈਨੂੰ ਕਿਹੜਾ ਕੋਈ ਦੇਖਦਾ, ਇਹ ਲੈ ਬੀਜੇਪੀ ਵਾਲੇ ਪਾਸੇ ਧਰ ਦਿੰਦਾ ਮੈਂ ਇਹਨੂੰ।
ਇਹ ਆਹ ਵੀ ਇਹਨਾਂ ਦੀ ਹੈ, ਇਹਨਾਂ ਦੀਆਂ ਆਈ ਜਾਂਦੀਆਂ ਨੇ, ਬੀਜੇਪੀ ਦੀਆਂ ਘਟੀ ਜਾਂਦੀਆਂ, ਇਹ ਲੈ ਇਹ ਵੀ ਇੱਧਰ ਧਰ ਦਿੰਦਾ। ਅਤੇ ਕਹਿੰਦਾ ਇਹਨਾਂ ਦੀਆਂ 16, ਉਹਨਾਂ ਦੀਆਂ 12, 8 ਕੈਂਸਲ, ਜਿੱਤ ਗਏ ਜਿੱਤ ਗਏ ਜਿੱਤ ਗਏ। ਅਸੀਂ ਇਹ ਉੱਥੇ ਕਰਦੇ ਆ ਪਾਰਲੀਮੈਂਟ 'ਚ ਕਾਨੂੰਨ ਕਿਵੇਂ ਪਾਸ ਕਰਦੇ ਆ? ਹਾਂ ਵਾਲੇ ਹਾਂ ਕਹੋ, ਨਾ ਵਾਲੇ ਨਾ ਕਹੋ, ਮੈਨੂੰ ਲੱਗਦਾ ਹਾਂ ਜਿੱਤੋਗੀ, ਹਾਂ ਜਿੱਤੋਗੀ, ਚਲੋ ਵੀ ਬਿੱਲ ਪਾਸ ਹੋ ਗਿਆ ਤਾਂ ਧੱਕਾ ਯਾਰ। ਜੀਵਨ ਰੁੱਖ ਨੂੰ ਆਹ ਮੈਂ ਜਿਹੜੇ ਧੱਕੇ ਕਰਦੇ ਆ ਨਾ, ਜਿਹੜੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਕੰਮ ਕਰਨ ਦੇ ਦਿੱਲੀ 'ਚ, ਜਿਹੜਾ ਐਲ ਜੀ ਹੈ ਉਹ ਅਤੇ ਸੈਂਟਰ ਸਰਕਾਰ ਮੇਰੇ ਨਾਲ ਨੇਤ ਆਡਾ ਲਾਈ ਰੱਖਦੇ ਆ ਗਵਰਨਰ ਦੇ ਥਰੂ, ਕਦੇ ਕਿਸੇ ਗੱਲ ਦਾ ਕਦੇ ਕਿਸੇ ਗੱਲ ਦਾ, ਪੈਸੇ ਰੋਕੀ ਜਾਂਦੇ ਆ ਸਾਡੇ, ਜਿਹੜੇ ਸਾਡਾ ਹੱਕ ਬਣਦਾ ਸੈਂਟਰ ਦੀਆਂ ਸਕੀਮਾਂ 'ਚੋਂ ਸਾਡਾ ਹਿੱਸਾ ਬਣਦਾ ਰੋਕਦੇ ਆ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ, ਗਰੀਬ ਦਾ ਬਾਲ ਖਿਡੌਣੇ ਵਹਿੰਦਾ ਹੈ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ। ਉਹ ਜਿੱਤ ਲੈਣਾ ਅਤੇ ਖੋ ਲੈਣਾ, ਜਿੱਤ ਲੈਣਾ ਅਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ। ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ, ਦੁਖੀਆਂ ਨਾਲ ਯੱਕੇ ਮਾਰਦੇ ਆ। ਸਹੀ ਵੋਟਾਂ ਗਿਣ ਲਓ, ਜਿੱਤ ਕੇ ਦਿਖਾਇਓ, ਫਿਰ ਲੱਗ ਜੂ ਪਤਾ। ਉਹ ਮੈਨੂੰ ਤਾਂ ਹੈਰਾਨੀ ਅਤੇ ਦੁੱਖ ਇਸ ਗੱਲ ਦਾ ਹੈ, ਪਰਸੋਂ ਵੀ ਅਸੀਂ ਇਕੱਠੇ ਸੀ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਉੱਥੇ ਦਿੱਲੀ 'ਚ, ਕੇਰਲਾ ਵਾਲੇ ਵੀ ਇਹੀ ਦੁੱਖ ਲੈ ਕੇ ਆਏ ਸੀ, ਬੰਗਾਲ ਵਾਲਿਆਂ ਦਾ ਵੀ ਉਹੀ ਦੁੱਖ ਹੈ, ਤਾਮਿਲਨਾਡੂ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਨਹੀਂ, ਉਹੀ ਹੈ ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀ ਰੋਗ ਪਠੋਰੇ ਨੂੰ, ਉਹੀ ਉਹੀ ਰੋਗ ਦੁੱਖ ਹੋ ਚੱਕੀ ਫਿਰਦੇ ਨੇ। ਉੱਥੇ ਵੀ ਅਸੀਂ ਇਹੀ ਕਿਹਾ ਸੀਗਾ ਕਿ ਭਾਈ 36 ਵੋਟਾਂ ਗਿਣਨੀਆਂ ਸੀ ਚੰਡੀਗੜ੍ਹ ਦੀਆਂ, 36 'ਚੋਂ 8 ਕੈਂਸਲ ਕਰਤੀਆਂ, ਲਗਭਗ 25%, ਲਗਭਗ ਚੌਥਾ ਹਿੱਸਾ ਵੀਰੋ। 36 ਵੋਟਾਂ ਗਿਣਨ ਵੇਲੇ 25% ਦਾ ਘਪਲਾ ਕਰ ਗਏ, ਉਹ ਮਈ 'ਚ ਪੂਰੇ ਦੇਸ਼ ਦੀਆਂ 90 ਕਰੋੜ ਗਿਣਨੀਆਂ ਨੇ, ਉਦੋਂ ਕੀ ਕਰਨਗੇ? ਮੈਨੂੰ ਤਾਂ ਦੁੱਖ ਇਸ ਗੱਲ ਦਾ ਹੈ, ਉਦੋਂ ਕੀ ਕਰਕੇ ਮੈਂ ਗਿਣਨਗੇ? ਇਹਨੂੰ ਆਦਤਾਂ ਪੈ ਗਈਆਂ, ਇਹਨੂੰ ਆਦਤਾਂ ਪੈ ਗਈਆਂ ਧੱਕੇ ਨਾਲ ਜਿੱਤਣ ਦੀਆਂ, ਚੋਰੀ ਨਾਲ ਜਿੱਤਣ ਦੀਆਂ। 100 ਦਿਨ ਚੋਰ ਦਾ, 1 ਦਿਨ ਸਾਧ ਦਾ, ਕਿਤੇ ਚੋਰ ਦੇ ਦਿਨ ਚੱਲੀ ਜਾਂਦੇ ਸੀ, ਅਚਾਨਕ ਚੰਡੀਗੜ੍ਹ ਵਾਲੇ ਦਿਨ ਸਾਧ ਦਾ ਆ ਗਿਆ, ਕੈਮਰਿਆਂ 'ਚ ਫਿੱਟ ਹੋ ਗਿਆ ਕੰਮ। ਉਹ ਕੈਮਰੇ ਜਦੋਂ ਸੁਪਰੀਮ ਕੋਰਟ ਨੇ ਦੇਖੇ, ਸੁਪਰੀਮ ਕੋਰਟ ਹੈਰਾਨ ਰਹਿ ਗਈ, ਕਹਿੰਦੇ ਐਂ ਵੋਟਾਂ ਗਿਣਦੇ ਹੋ ਤੁਸੀਂ ਯਾਰ? ਸੋ ਹੁਣ ਅੱਗੇ ਸੁਣਵਾਈ ਹੋਊਗੀ। ਇਹ ਵੀ ਤੁਹਾਨੂੰ ਮੈਂ ਦੱਸ ਦੇਣਾ, ਸਾਨੂੰ ਇੰਨਾ ਯਕੀਨ ਹੈ ਮਾਣਯੋਗ ਸੁਪਰੀਮ ਕੋਰਟ 'ਤੇ ਕਿ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦੇ ਗੰਡੇ ਵੀ ਖਾਣਗੇ, ਡੰਡੇ ਵੀ ਖਾਣਗੇ, ਇਹਨਾਂ ਦੀ ਹਾਰ ਹੋਊਗੀ, ਚੰਡੀਗੜ੍ਹ ਦਾ ਮੇਅਰ ਵੀ ਆਪਣੇ ਹੀ ਬਣੂੰਗਾ ਜਦੋਂ ਸੁਪਰੀਮ ਕੋਰਟ ਫੈਸਲਾ ਦੇਊਗੀ। ਸੁਪਰੀਮ ਕੋਰਟ 'ਤੇ ਸਾਨੂੰ ਯਕੀਨ ਹੈ। ਸੋ ਵੀਰੋ, ਇਹਨਾਂ 'ਤੇ ਕਿਸੇ 'ਤੇ ਯਕੀਨ ਨਾ ਕਰਿਓ, ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ, ਸਾਰੇ ਆਪਸ 'ਚ ਲੜੀ ਜਾਂਦੇ ਆ। ਪਹਿਲੀ ਗੱਲ ਤਾਂ ਕਾਂਗਰਸ 'ਚ ਪਤਾ ਨਹੀਂ ਕਿੰਨੇ ਧੜੇ ਨੇ, ਇੱਥੇ ਪਤਾ ਹੀ ਲੱਗ ਰਿਹਾ ਜਿੰਨੇ ਬੰਦੇ ਨੇ ਉਨੇ ਧੜੇ ਨੇ। ਅਕਾਲੀ ਦਲ ਦਾ ਤਾਂ ਤੁਹਾਨੂੰ ਪਤਾ ਹੀ ਹੈ, ਉਹ ਤਾਂ ਵਿਚਾਰੇ ਚਲੋ ਛੱਡੋ ਪਰੇ, ਕੀ ਕਰਨਾ ਕੀ ਨਾਂ ਲੈਣਾ, ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ। ਤਾਂ ਹੋਰ ਤਾਂ ਕੋਈ ਹੈ ਨਹੀਂ, ਬੀਜੇਪੀ ਇੱਥੇ ਆ ਨਹੀਂ ਸਕਦੀ, ਜੋ ਕਿਸਾਨਾਂ ਨਾਲ ਕੀਤੀ ਉਹ ਕੋਈ ਭੁੱਲ ਸਕਦਾ? 750 ਕਿਸਾਨ ਦੀ ਤਾਂ ਮੌਤ ਹੋ ਗਈ, ਹੁਣ ਫਿਰ ਹਜੇ ਤੱਕ ਉਹਨਾਂ ਨੇ ਹੱਲ ਨਹੀਂ ਕੀਤਾ ਕੁਛ। ਤਾਂ ਵੀਰੋ, ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਤੁਹਾਡੇ ਪਿੰਡਾਂ ਦੇ ਜਵਾਕਾਂ ਦੀ ਹੈ, ਤੁਹਾਡੇ ਆਪਣੇ ਜਵਾਕਾਂ ਦੀ ਹੈ, ਜਿਹਦੇ 'ਚ ਬਜ਼ੁਰਗਾਂ ਦਾ ਆਸ਼ੀਰਵਾਦ ਹੈ, ਜਿਹ 'ਚ ਮਾਵਾਂ ਦਾ ਆਸ਼ੀਰਵਾਦ ਹੈ, ਭੈਣਾਂ ਦੀਆਂ ਦੁਆਵਾਂ ਨੇ। ਅੱਜ ਮੈਂ ਉੱਥੇ ਗਿਆ ਸਲਾਣੇ ਪਿੰਡ 'ਚ, ਮਾਵਾਂ ਸਿਰ ਪੜੋਸ ਕੇ ਕਹਿ ਰਹੀਆਂ ਸੀ, ਪੁੱਤ ਅਸੀਂ ਸੇਵਾ ਕਰੀ ਜਾ, ਪੁੱਤ ਅਸੀਂ ਕਰ, ਪੁੱਤ ਸਾਥੋਂ ਦਿਖਦਾ ਨਹੀਂ ਮੈਨੂੰ ਅੱਖਾਂ ਤੋਂ, ਬਹੁਤ ਔਖਾ ਸੀ ਮੈਨੂੰ ਰਾਸ਼ਨ ਲਿਆਉਣਾ, ਹੁਣ ਮੇਰੇ ਕੋਲ ਘਰ ਆ ਜਾ ਕਰੂੰ। ਮੈਂ ਕਿਹਾ ਹਾਂ, ਘਰ ਆ ਜਾ ਕਰੂੰ। ਕਿੱਡੀਆਂ ਵੱਡੀਆਂ ਦੁਆਵਾਂ ਮਿਲਦੀਆਂ ਨੇ ਜੀ, ਇਦੋਂ ਵੱਡਾ ਕੋਈ ਪੁੰਨ ਹੋ ਸਕਦਾ? ਕਿਸੇ ਗਰੀਬ ਦੇ ਮੂੰਹ 'ਚ ਰੋਟੀ ਟਾਈਮ 'ਤੇ ਪੈ ਜੇ ਜਦੋਂ ਭੁੱਖ ਲੱਗੀ ਹੈ, ਉਹ ਵੀ ਗੁਰੂਆਂ ਦੀ ਧਰਤੀ 'ਤੇ ਕੋਈ ਭੁੱਖਾ ਸੌਂ ਜੇ? ਸਾਡੀ ਧਰਤੀ ਜਿਹੜੀ ਹੈ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤਾਂ ਵੈਸੇ ਹੀ ਕੁਰਬਾਨੀਆਂ ਨਾਲ ਭਰੀ ਹੋਈ ਧਰਤੀ ਹੈ,
ਸੋ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਤੁਸੀਂ ਨਾਲ ਚੱਲੋ, ਇੱਦਾਂ ਹੀ ਜਿਵੇਂ ਹੁਣ ਤੱਕ ਚੱਲੇ ਹਾਂ, ਆਪਾਂ ਇਕੱਠੇ ਮਿਲ ਕੇ ਇਸ ਪੰਜਾਬ ਨੂੰ ਸੁਧਾਰ ਲਾਂਗੇ। ਮੈਨੂੰ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ, ਇੱਕ ਸੰਮੇਲਨ ਕੀਤਾ ਸੀ ਪਠਾਨਕੋਟ 4-5 ਦਿਨ ਪਹਿਲਾਂ ਵੀਰੋ, ਬਹੁਤ ਸਾਰੇ ਬੰਦੇ ਨਿਊਜ਼ੀਲੈਂਡ ਤੋਂ, ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਇੰਗਲੈਂਡ ਤੋਂ, ਲੰਡਨ ਤੋਂ, ਜਰਮਨੀ ਤੋਂ ਆਏ ਅਤੇ ਉਹ ਕਹਿੰਦੇ ਦਿਲ ਤਾਂ ਬੜਾ ਕਰਦਾ ਸੀ ਆਪਦੇ ਪੇਕੇ ਘਰ ਆਉਣ ਨੂੰ, ਪਰ ਇੱਥੇ ਵਿਸ਼ਵਾਸ ਨਹੀਂ ਸੀ ਸਰਕਾਰਾਂ 'ਤੇ, ਪਤਾ ਨਹੀਂ ਪੈਸੇ ਭੇਜਾਂਗੇ ਕਿੱਥੇ ਲਾਉਣਗੇ ਜਾਂ ਆਪ ਖਾਣਗੇ। ਹੁਣ ਪਹਿਲੀ ਵਾਰ ਸਾਡਾ ਮਨ ਕਰਦਾ ਅਸੀਂ ਇੱਥੇ ਆਵਾਂਗੇ, ਆਪਦੇ ਜਵਾਕਾਂ ਨੂੰ ਵੀ ਦਿਖਾਵਾਂਗੇ ਅਤੇ ਨਾਲੇ ਪੈਸੇ ਲਾਵਾਂਗੇ, ਨਾਲੇ ਇੱਥੇ ਫੈਕਟਰੀਆਂ ਖੋਲ੍ਹਾਂਗੇ, ਨਾਲੇ ਕੰਮ ਦੇਵਾਂਗੇ, ਨਾਲੇ ਆਪਦੀ ਦਾਦਿਆਂ ਪੜਦਾਦਿਆਂ ਦੀ ਜੱਦੀ ਜ਼ਮੀਨ 'ਚ ਰਹਾਂਗੇ, ਆਪਦੇ ਜੱਦੀ ਘਰਾਂ 'ਚ ਰਹਾਂਗੇ। ਆ ਜਾਓ ਆਪਾਂ ਪੰਜਾਬ ਨੂੰ ਠੀਕ ਕਰੀਏ। ਸੋ ਮੈਂ ਇੱਕ ਵਾਰੀ ਫਿਰ ਤੁਹਾਡਾ ਬਹੁਤ ਧੰਨਵਾਦ ਕਰਦਾ, ਕਿਉਂਕਿ ਮੈਂ ਤਾਂ ਤੁਹਾਡੇ ਕੋਲ ਆਉਂਦਾ ਜਾਂਦਾ ਰਹਿੰਦਾ। ਆਪਾਂ ਨੂੰ ਇਹ ਵਿਚਾਰ ਸੁਣਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ, ਦੇਸ਼ ਦੀ ਅਗਲੀ ਰਾਜਨੀਤੀ ਬਾਰੇ ਅੱਜ ਕਾਫੀ ਵੱਡੇ ਵੱਡੇ ਐਲਾਨ ਉਹਨਾਂ ਨੇ ਕਰਨੇ ਨੇ, ਸੁਣ ਕੇ ਜਾਣਾ। ਔਰ ਇੱਕ ਗੱਲ ਹੋਰ ਕਹਿਣੀ ਹੈ, ਜਦੋਂ ਜਿੱਥੇ ਵੀ ਕਹੋਗੇ ਅਸੀਂ ਹਾਜ਼ਰ ਹਾਂ, ਕਿਉਂਕਿ ਜਦੋਂ ਜਿੱਥੇ ਵੀ ਅਸੀਂ ਕਹਿੰਦੇ ਹਾਂ ਤੁਸੀਂ ਹਾਜ਼ਰ ਹੋ ਜਾਂਦੇ ਹੁੰਦੇ ਹੋ, ਅਸੀਂ ਤੁਹਾਡੇ ਨਾਲ ਹਾਂ ਔਰ ਤੁਹਾਡੇ ਵਰਗੇ ਹਾਂ, ਇੱਦਾਂ ਹੀ ਰਹਾਂਗੇ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਇਨਕਲਾਬ ਬੋਲੇ ਸੋਨਿਆਲ। ਬਹੁਤ ਬਹੁਤ ਧੰਨਵਾਦ, ਜਿਉਂਦੇ ਵੱਸਦੇ ਰਹੋ, ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਘਰਾਂ ਦੇ ਵਿੱਚ ਰੋਸ਼ਨੀਆਂ ਦੀਵੇ ਜਗਨ, ਤਰੱਕੀਆਂ ਦੇ, ਤੰਦਰੁਸਤੀਆਂ ਦੇ, ਬਹੁਤ ਬਹੁਤ ਧੰਨਵਾਦ।